ਰੋਡਵੇਜ਼ ਦੀ ਜਿਹੜੀ ਬੱਸ ਹੁਣੇ ਆਈ ਆ ਅਤੇ ਲੋਕ ਫਫੜਾ ਦਫੜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਸਵਾਰੀਆਂ ਜਿਹੜੀਆਂ ਨੇ ਚੜ੍ਹਨ ਦਾ ਇੰਤਜ਼ਾਰ ਕਰ ਰਹੀਆਂ ਨੇ, ਪਰ ਹਜੇ ਤੱਕ ਜਿਹੜੇ ਕਿ ਦਰਵਾਜ਼ੇ ਨਹੀਂ ਖੋਲ੍ਹੇ ਜਾ ਰਹੇ। ਜਾਂ ਪ੍ਰਾਈਵੇਟ ਚਲਾ ਲਓ ਅਤੇ ਜਾਂ ਫ੍ਰੀ ਚਲਾ ਲਓ, ਬੱਸਾਂ ਬੰਦ ਕਰ ਦੇਣ ਫਿਰ। ਕੰਡਕਟਰ ਸਾਹਿਬ ਕਿਉਂ ਰਸ਼ ਪੈ ਗਿਆ ਨਾ? ਤੁਹਾਡੇ ਸਾਹਮਣੇ ਆ, ਵੇਖ ਲਓ ਆਧਾਰ ਕਾਰਡ ਕਰਕੇ ਹੀ ਆ ਜ਼ਿਆਦਾ ਕੰਮ। ਭਗਵੰਤ ਮਾਨ ਨੂੰ ਕਹਿ ਰਹੇ ਬੰਦ ਕਰਦੇ ਫ੍ਰੀ ਬੱਸਾਂ, ਨਹੀਂ ਤੇ ਜਿੰਨਾ ਹੀ ਸਵਾਰੀਆਂ ਪਾਉਣੀਆਂ ਦੇ ਇਹਨੇ। ਤੇ ਮੈਨੂੰ ਮੈਂ ਚਾਹੁੰਦੀ ਮੈਨੂੰ ਪ੍ਰਾਈਵੇਟ ਬੱਸ ਮਿਲ ਜਾਵੇ ਤੇ ਮੈਂ ਉਹਦੇ ਤੇ ਬਹਿ ਜਾਵਾਂ, ਦੇ ਜਾਣੀ ਵੀ ਸਰਕਾਰੀ ਆ ਤੇ ਮੈਨੂੰ ਚੜ੍ਹਾਉਣ ਨਹੀਂ ਡਿਆ, ਮੈਂ ਤਾਂ ਪਹਿਲੀ ਵਾਰ ਇੱਥੇ ਆ। ਚੜ੍ਹਾਉਂਦੇ ਤੁਹਾਨੂੰ? ਚੜ੍ਹਾਉਂਦੇ ਨਹੀਂ ਆਉਂਦੇ, ਇਸ ਤਰ੍ਹਾਂ ਭੱਜ ਨਾ ਸਕੇ, ਮੈਂ ਬੁੱਢਾ ਬਜ਼ੁਰਗ, ਮੈਂ ਆਪਣੀ ਸੱਟ ਲਵਾਉਣੀ, ਮੈਨੂੰ ਪੈਸੇ ਦੇਣੇ ਚੰਗੇ। ਅੱਧਾ ਪੌਣਾ ਘੰਟਾ ਹੋ ਗਿਆ ਰੋਡਵੇਜ਼ ਦੀ, ਜਦੋਂ ਸਾਨੂੰ ਸਹੂਲਤ ਆ ਤਾਂ ਫਿਰ ਇਹ ਕਿਉਂ ਨਹੀਂ ਦਿੰਦੇ ਆਪਣਾ ਕੰਡਕਟਰ ਡਰਾਈਵਰ? ਬਾਈ ਚਾਂਸ ਜੇ ਓਵਰਲੋਡ ਗੱਡੀ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਤਾਂ ਸਿਰਦਰਦੀ ਸਾਰੀ ਕੰਡਕਟਰ ਅਤੇ ਡਰਾਈਵਰ ਦੇ ਸਿਰ ਪੈ ਜਾਂਦੀ ਹੈ, ਸਵਾਰੀ ਦਾ ਕੁਛ ਨਹੀਂ ਜਾਂਦਾ ਹੈਗਾ। ਇੱਕ ਬੱਸ ਲਈ ਕੀ ਤੁਸੀਂ ਆਧਾਰ ਕਾਰਡ ਅਤੇ ਆਪਣੀਆਂ ਲੱਤਾਂ ਬਾਹਰ, ਜਿੱਥੇ ਤੁਸੀਂ 10 ਰੁਪਈਏ ਲਾ ਕੇ ਜਾਂ ਤੁਸੀਂ 25 ਰੁਪਈਏ ਜਾਂ 100 ਰੁਪਈਏ ਲਾ ਕੇ ਜਾਣਾ, ਉੱਥੇ ਤੁਹਾਨੂੰ ਲੱਖ ਲੱਖ ਹਜ਼ਾਰ ਹਜ਼ਾਰ ਰੁਪਈਏ ਲਾਉਣੇ ਪੈਣੇ। ਅਸੀਂ ਤਾਂ ਕਿਹਾ ਪੈਸੇ ਲੈ ਕੇ ਟਿਕਟ ਦੇ ਕੇ ਅਤੇ ਫਿਰ ਤੁਸੀਂ ਚੜ੍ਹਾ ਲਓ ਸਾਨੂੰ ਬੱਸ 'ਤੇ। ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਪਹੁੰਚੇ ਹਾਂ ਅਤੇ ਲੋਕਾਂ ਦੀਆਂ ਜਿਹੜੀਆਂ ਕਿ ਮੁਸ਼ਕਿਲਾਂ ਆ ਰਹੀਆਂ, ਜਿਹੜੀਆਂ ਕਿ ਸਵਾਰੀਆਂ ਰੋਡ ਵਿੱਚ ਬਹਿੰਦੀਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ ਸਾਡੇ ਨਾਲ ਹੈ, ਮਾਤਾ ਜੀ ਕੀ ਮੁਸ਼ਕਿਲ ਆ ਰਹੀ ਹੈ? ਹਾਂਜੀ, 3 ਸਵਾਰੀਆਂ 3 ਬੱਸਾਂ ਹੀ ਨਿਕਾਲੀਆਂ ਹੈ। ਸੁਭਾਨਪੁਰ ਉਤਰਨਾ ਕਹਿੰਦੇ ਜੀ, ਸੁਭਾਨਪੁਰ ਦੀ ਸਵਾਰੀ ਨਹੀਂ ਲੈਣੀ ਰਾਹ ਦੀ, ਅਸੀਂ ਟਿਕਟਾਂ ਦੇਣੀਆਂ ਚੰਡੀਗੜ੍ਹ ਦੀਆਂ, ਸ਼ਿਮਲੇ ਦੀਆਂ। ਅਸੀਂ ਜਿਹੜੇ ਛੋਟੇ ਸਟਾਪਾਂ 'ਤੇ ਜਾਣਾ ਵਾ, ਉਹ ਬੱਚਿਆਂ ਦੇ ਨਾਲ ਅਸੀਂ ਕਿੱਦਾਂ ਜਾਣਾ? ਤੁਸੀਂ ਕਿੱਥੇ? ਅਸੀਂ ਸੁਭਾਨਪੁਰ ਜਾਣਾ ਹੈ, ਬੇਗੋਵਾਲ ਜਾਣਾ। ਕੀ ਕਹਿੰਦੇ ਕੀ ਡਰਾਈਵਰ? ਸਾਨੂੰ ਕਹਿੰਦੇ ਆਧਾਰ ਕਾਰਡ ਵਾਲੇ ਨੂੰ ਦਿਓ, ਉਹਦੇ ਆਧਾਰ ਕਾਰਡ ਵਾਲਾ ਕਹਿੰਦਾ ਮੈਂ ਟਿਕਟ ਨਹੀਂ ਦੇਣੀ ਉੱਥੋਂ ਦੀ। ਚਲੋ ਗੱਲਬਾਤ ਕਰਾਂਗੇ ਇੱਦਾਂ ਚਾਰਜ ਦੇ ਨਾਲ ਵੀ। ਹਾਂਜੀ ਭਾਈ ਸਾਹਿਬ, ਕੀ ਮੁਸ਼ਕਿਲ ਆ, ਕੀ ਆ ਰਹੀ ਹੈ ਸਵਾਰੀਆਂ ਨੂੰ? ਮੁਸ਼ਕਿਲਾਂ ਸਰ ਬਹੁਤ ਆ ਰਹੀਆਂ, ਗੱਡੀਆਂ ਨਹੀਂ ਇਸ ਟਾਈਮ ਹੁੰਦੀਆਂ, ਅਤੇ ਇੱਕ ਇਸ ਵੇਲੇ ਦਰਬਾਰ ਸਾਹਿਬ ਸੰਗਤ ਬਹੁਤ ਆਉਂਦੀ ਆ, ਉਹਦੇ ਕਰਕੇ ਰਸ਼ ਬਹੁਤ ਹੋ ਜਾਂਦਾ। ਜਿਹੜੀ ਤੁਸੀਂ ਸਵਾਰੀਆਂ ਫ੍ਰੀ ਦੀਆਂ ਬਿਠਾ ਰਹੇ ਹੋ ਜਾਂ ਪੈਸੇ ਵਾਲੀਆਂ ਬਿਠਾ ਰਹੇ ਹੋ? ਦੋਨੋਂ ਹੀ, ਫ੍ਰੀ ਵਾਲੀਆਂ ਵੀ ਬੈਠਦੀਆਂ ਅਤੇ ਪੈਸੇ ਵਾਲੀਆਂ ਵੀ ਬੈਠਦੀਆਂ। ਬੀਬੀ ਦਾ ਕਹਿਣਾ ਕਹਿੰਦੇ ਰਾਜ ਸਵਾਰੀਆਂ ਬਿਠਾ ਰਹੇ? ਬੀਬੀ ਨੇ ਜਾਣਾ ਲੋਕਲ, ਤੋ ਗੱਡੀ ਜਾਣੀ ਚੰਡੀਗੜ੍ਹ, ਉਹ ਕਹਿੰਦੇ ਅਸੀਂ ਲੋਕਲ ਨਹੀਂ ਬਿਠਾ ਸਕਦੇ, ਲੋਕਲ ਕਾਊਂਟਰ ਉੱਧਰ 11 ਨੰਬਰ ਆ। ਬਾਬਾ ਜੀ ਕਹਿੰਦੇ ਲੋਕਲ ਸਵਾਰੀ ਰਾਜ ਨਹੀਂ ਬਿਠਾਉਂਦੇ? ਜਲੰਧਰ ਦੀਆਂ ਕਿੱਦਾਂ ਭਾਈਆਂ ਵਾ, ਜਲੰਧਰ ਦੀਆਂ ਕਿੱਦਾਂ ਭਾਈਆਂ? ਜਲੰਧਰ ਟਾਂਗਰ ਨਾ ਇਹ ਖਰਚੀਆਂ ਦੀ, ਨਾ ਇਹ ਟਾਂਗਰਿਆਂ ਦੀ, ਕਿਸੇ ਦੀ ਸਵਾਰੀ ਨਹੀਂ ਬਿਠਾਉਂਦੇ, ਉਹ ਕਿੱਥੇ ਜਾਣ ਭਾਈ? ਸੁਭਾਨਪੁਰ ਲੋਕਲ ਨਹੀਂ ਹੈਗਾ, ਆਹੋ ਇਹ ਛੋਟਾ ਅੱਡਾ ਨਹੀਂ ਹੈ। ਦੇਖ ਸਕਦੇ ਵੀ ਲੋਕਾਂ ਦੀਆਂ ਮੁਸ਼ਕਲਾਂ, ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ, ਕਿਸ ਤਰ੍ਹਾਂ ਫਿਰ ਪਰੇਸ਼ਾਨੀ ਦਾ ਹੱਲ ਹੋਵੇ ਇਹਨਾਂ ਦਾ? ਸਰ ਟਾਈਮ ਆਉਣੇ ਚਾਹੀਦੇ, ਸਾਰੇ ਗੱਡੀਆਂ ਚੱਲਣੀਆਂ ਚਾਹੀਦੀਆਂ ਹਲੇ ਤੱਕ ਟਾਈਮ, ਅਤੇ ਹਾਲ ਤਾਂ ਇਹੋ ਹੀ ਹੈ ਪਰੇਸ਼ਾਨੀ ਦਾ। ਪਰ ਕੀ ਲੱਗਦਾ ਜਿਹੜੀਆਂ 52 ਜਿਹੜਾ ਫੈਸਲਾ ਲਿਆ ਸਵਾਰੀਆਂ ਦਾ, ਇਹਨਾਂ ਕੋਲ ਹੱਲ ਹੈਗਾ ਇਸ ਚੀਜ਼ ਦਾ? ਸਵਾਰੀਆਂ ਨੂੰ ਕਿਤੇ ਖੱਜਲ ਖੁਆਰੀ ਜ਼ਿਆਦਾ ਹੁੰਦੀ? ਹਾਂਜੀ ਇਹ ਖੱਜਲ ਖੁਆਰੀ ਹੈ ਸਰ, 52 ਸਵਾਰੀਆਂ ਸਰ ਅੱਗੇ ਤਾਂ ਧੱਕੇ ਨਾਲ ਭਰ ਭੁਰ ਕੇ ਭੇਜ ਦਈਦੀਆਂ ਇਹ ਗੱਡੀਆਂ, ਅਤੇ ਹੁਣ ਇਸ ਟਾਈਮ ਮਤਲਬ ਕਿ ਗੱਡੀ ਵੀ ਨਹੀਂ ਹੈਗੀ ਅਤੇ ਰਸ਼ ਵੀ ਜ਼ਿਆਦਾ ਹੁੰਦਾ ਜਾਂਦਾ। ਲੱਗਦਾ ਨਹੀਂ ਕਿਤੇ ਕੰਡਕਟਰ ਦੀ ਜਾਂ ਡਰਾਈਵਰ ਦੀ ਜਾਨ ਨੂੰ ਜ਼ਿਆਦਾ ਜੋਖਮ, ਸਵਾਰੀਆਂ ਜ਼ਿਆਦਾ ਘੇਰਾ ਪਾ ਕੇ ਬਹਿ? ਹੈਗਾ ਸਰ ਜੋਖਮ ਹੈਗਾ ਸਵਾਰੀ, ਕਿਉਂਕਿ ਓਵਰਲੋਡ ਗੱਡੀ ਹੋ ਜਾਂਦੀ ਆ, ਕੋਈ ਵੀ ਨੁਕਸਾਨ ਹੋ ਸਕਦਾ, ਕੋਈ ਸਵਾਰੀ ਡਿੱਗ ਵੀ ਸਕਦੀ ਹੈ ਬਾਰੀ 'ਚੋਂ, ਅਤੇ ਇਹਦਾ ਹੱਲ ਇਹ ਆ ਜਾਂ ਟਾਈਮ ਚਲਾਏ ਜਾਣ ਜਿੰਨੀਆਂ ਗੱਡੀਆਂ ਮਤਲਬ ਬੰਦ ਇਸ ਟਾਈਮ ਆਉਣ ਗੱਡੀਆਂ, ਅਤੇ ਬਾਕੀ ਰਸ਼ ਨਹੀਂ ਇਹ ਘੱਟ ਸਕਦਾ ਫ੍ਰੀ, ਜਿੰਨਾ ਚਿਰ ਫ੍ਰੀ ਖਾਤਾ। ਬਿਲਕੁਲ, ਤੁਸੀਂ ਦੇਖ ਸਕਦੇ ਵੀ ਇਹਨਾਂ ਦਾ ਕਹਿਣਾ ਵੀ ਰਸ਼ ਨਹੀਂ ਕਰ ਸਕਦਾ ਜੇ ਫ੍ਰੀ ਦੀ ਸਵਾਰੀਆਂ ਨਹੀਂ ਬੈਠਣਗੀਆਂ। ਮਾਤਾ ਜੀ ਕਹਿੰਦੇ ਫ੍ਰੀ ਦੀਆਂ ਸਵਾਰੀਆਂ ਬਹਿਣ ਦਾ 10 ਰੁਪਏ ਪੈਂਦਾ ਵਾ। ਫ੍ਰੀ ਦੀਆਂ ਸਵਾਰੀਆਂ ਸਾਰੀਆਂ ਬੰਦ ਕਰ ਦਿਓ ਬੱਸਾਂ, ਫ੍ਰੀ ਵਾਲੀਆਂ ਜਾਂ ਪ੍ਰਾਈਵੇਟ ਚਲਾ ਲਓ ਅਤੇ ਜਾਂ ਫ੍ਰੀ ਚਲਾ ਲਓ, ਬੱਸਾਂ ਬੰਦ ਕਰ ਦੇਣ ਫਿਰ।
ਸਰਕਾਰ ਨੂੰ ਕਹਿਣਾ ਚਾਹੀਦਾ ਭਗਵੰਤ ਮਾਨ ਨੂੰ ਕਹਿ ਰਹੇ ਆ, ਭਗਵੰਤ ਮਾਨ ਨੂੰ ਕਹਿ ਰਹੇ ਆ ਬੰਦ ਕਰਦੇ ਫ੍ਰੀ ਬੱਸਾਂ, ਨਹੀਂ ਤੇ ਜੇ ਨਹੀਂ ਸਵਾਰੀਆਂ ਪਾਉਣੀਆਂ ਦੇ ਇਹਨੇ ਜਾਂ ਸਰਕਾਰੀ ਚਲਾਵੇ ਜਾਂ ਪ੍ਰਾਈਵੇਟ ਚਲਾਵੇ, ਇੱਕ ਪਾਸੇ ਇੱਕ ਫੈਸਲਾ ਕਰੇ, ਦੋ ਪਾਸੇ ਨੇ ਕਿਉਂ ਲੱਤ ਰੱਖੀ ਆ? ਜਿਹੜਾ ਫੈਸਲਾ ਲਿਆ ਸਰਕਾਰ ਨੇ ਲਿਆ, ਕੀ ਲੱਗਦਾ ਫੈਸਲਾ ਸਹੀ ਹੈ ਬਿਨਾਂ ਸੀਟਾਂ ਵਾਲਾ? ਗਲਤ ਹੈ, ਗਲਤ ਫੈਸਲਾ ਹੈ, ਸਹੀ ਫੈਸਲਾ ਲਵੇ ਜਾਂ ਸਾਰੀਆਂ ਪ੍ਰਾਈਵੇਟ ਬਣ ਜਾਂ ਸਾਰੀਆਂ ਸਰਕਾਰੀ ਕਰਨ। ਹਾਂਜੀ ਸਾਨੂੰ ਇਹੀ ਮੁਸ਼ਕਲ ਆ ਰਹੀ ਆ, ਜਿਨ੍ਹਾਂ ਦੇ ਵਿੱਚ 400 ਰੁਪਈਆ ਕਿਰਾਇਆ ਬਚ ਰਿਹਾ। ਹਾਂਜੀ ਇੱਕ ਮਾਤਾ ਜੀ ਨਾਲ ਗੱਲਬਾਤ। ਹਾਂਜੀ ਹਾਂਜੀ ਨਹੀਂ ਉਦੋਂ ਭਗਵੰਤ ਮਾਨ ਵੋਟਾਂ ਲੈਣ ਹੁੰਦਾ ਸੀ, 1000 ਰੁਪਈਆ ਜਨਾਨੀ ਨੂੰ ਵੀ ਦੇਵਾਂਗੇ, ਵੋਟਾਂ ਵੀ ਵੋਟਾਂ ਦੇ ਕੇ ਇਹਨੂੰ ਫੇਰ ਹਾਈ ਖੱਚਣ ਦੇਵਾਂ। ਜਾਣਾ ਕਿੱਥੇ ਤੁਸੀਂ ਮਾਤਾ ਜੀ? ਅਸੀਂ ਮੈਂ ਦਸੋ ਜਾਣਾ ਜੀ। ਕਿੰਨੀਆਂ ਬੱਸਾਂ ਲਗਾਤੀਆਂ ਜੀ? ਮੈਂ ਤੇ ਹੁਣ ਆਈ ਤੇ ਇਹਨੂੰ ਦੋ ਲਗਾਤ ਕਰੇ। ਹਾਂ ਲੱਗਦਾ ਹੁਣ ਫ੍ਰੀ ਬੱਸ ਮਿਲਾ ਤਾਂ ਲੋੜ ਮਿਲੂਗੀ ਨਹੀਂ ਤੁਹਾਨੂੰ? ਮਿਲੇਗੀ ਨਹੀਂ ਲੱਗਦਾ ਮਿਲੂਗੀ, ਜਿਸ ਜਾਣ ਪਛਾਣ ਨਹੀਂ ਆ ਰਹੀ ਹੈ। ਜਾਣ ਪਛਾਣ ਨਹੀਂ ਆ ਰਹੀ ਤਾਂ ਕਿਉਂ ਨਹੀਂ ਪਾਉਣੀ? ਇਹਨਾਂ ਤਾਂ ਇਹਨੂੰ ਕੱਟਦੇ ਨੇ, ਕੱਟੀ ਨਹੀਂ ਜਾਣ ਕੇ ਨਹੀਂ ਕੱਟੀ ਇਹਨਾਂ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰੋਡਵੇਜ਼ ਦੀ ਜਿਹੜੀ ਬੱਸ ਨੂੰ ਲੈ ਕੇ ਪਰੇਸ਼ਾਨੀ ਆ ਰਹੀ, ਸਵਾਰੀਆਂ ਜਿਹੜੀਆਂ ਖੱਜਖਵਾਰ ਹੋ ਰਹੀਆਂ ਨੇ, ਕਿਤੇ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਵੀ ਜ਼ਿਆਦਾ ਸਵਾਰੀਆਂ ਹੋਣ ਕਰਕੇ ਜਿਹੜੀਆਂ ਪਰੇਸ਼ਾਨੀ ਆ ਰਹੀ ਹੈ। ਸੀਟਾਂ ਜਿਹੜੀਆਂ ਕਿ ਉਹਨਾਂ ਦੇ ਨਿਯਮ ਜਿਹੜੇ ਕਿ ਉਹਨਾਂ ਬਦਲਦੇ ਨੇ ਵੀ 52 ਸੀਟਾਂ ਤੋਂ ਬਾਅਦ ਜਿਹੜੀ ਸਵਾਰੀਆਂ ਨਹੀਂ ਪਾਉਣੀਆਂ, ਉਸ ਨੂੰ ਲੈ ਕੇ ਵੀ ਕਿਤੇ ਸਵਾਰੀਆਂ ਕਹਿੰਦੀਆਂ ਖੱਜਖਵਾਰ ਹੁੰਦੀਆਂ ਨਜ਼ਰ ਆ ਰਹੀਆਂ ਵੇ। ਪੂਰੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ, ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਲੋਕਾਂ ਨੂੰ ਪੁੱਛਦੇ ਹਾਂ ਵੀ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ। ਹਾਂਜੀ ਮਾਤਾ ਜੀ ਕਿੱਥੇ ਚਲੇ ਜੇ? ਮੈਂ ਭਰਾਵਾ ਕਰਤਾਰਪੁਰ ਜਾਣਾ ਮੈਂ, ਤੇ ਮੈਨੂੰ ਮੈਂ ਚਾਹੁੰਦੀ ਮੈਨੂੰ ਪ੍ਰਾਈਵੇਟ ਬੱਸ ਮਿਲ ਜਾਵੇ ਤੇ ਮੈਂ ਉਹਦੇ 'ਤੇ ਬਹਿ ਜਾਵਾਂਦੇ, ਜਾਣੀ ਵੀ ਸਰਕਾਰੀ ਆ ਤੇ ਮੈਨੂੰ ਚੜ੍ਹਾਉਣ ਨਹੀਂ ਡਿਆ, ਮੈਂ ਤਾਂ ਪਹਿਲੀ ਵਾਰ ਇੱਥੇ ਆ। ਚੜ੍ਹਾਉਂਦੇ ਤੁਹਾਨੂੰ? ਚੜ੍ਹਾਉਂਦੇ ਨਹੀਂ ਆਉਂਦੇ, ਇਸ ਤਰ੍ਹਾਂ ਭੱਜ ਨਾ ਸਕੇ, ਮੈਂ ਬੁੱਢਾ ਬਜ਼ੁਰਗ, ਮੈਂ ਆਪਣੀ ਸੱਟ ਲਵਾਉਣੀ, ਮੈਨੂੰ ਪੈਸੇ ਦੇਣੇ ਚੰਗੇ, ਠੀਕ ਆ ਨਾ? ਮੈਨੂੰ ਕਹਿਣਾ ਵੀ 52 ਸੀਟਾਂ ਵਾ, 52 ਸੀਟਾਂ ਵੀ ਉਸ ਤੋਂ ਵੱਧ ਨਹੀਂ ਸਵਾਰੀਆਂ ਪਾਉਣੀਆਂ। ਪਰ ਬਿਠਾਉਂਦੇ ਨਹੀਂ ਨਾ, ਖਲੋ ਕੇ ਵੀ ਜਨਾਨੀਆਂ ਜਾ ਸਕਦੀਆਂ ਵਾ, ਤੇ ਪਰ ਹੁਣ ਕੀ ਕੀਤਾ ਜਾਵੇ ਫਿਰ ਸਾਨੂੰ? ਮੈਨੂੰ ਚੜ੍ਹਾਉਣ ਸਹੀ, ਚੜ੍ਹਾਉਂਦੇ ਨਹੀਂ ਗੇ, ਮੈਂ ਤਾਂ ਨਹੀਂ ਪ੍ਰਾਈਵੇਟ ਮੇਰੇ ਤਾਂ ਚੱਲ ਜਾਵਾਂ ਮੈਂ। ਬਿਲਕੁਲ ਬਿਲਕੁਲ, ਹੋਰ ਬੀਬੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਂ ਕੀ ਕਹਿਣਾ ਚਾਹੂੰਗੀ? ਹਾਂਜੀ ਕਿੱਥੇ ਚਲੇ ਜੀ? ਅਸੀਂ ਤਾਂ ਵੀਰੇ ਉੱਥੋਂ ਮੁੱਲਾਪੁਰ ਦਾਖਿਆ ਤੋਂ ਆਏ ਹਾਂ। ਹੁਣ ਇੱਥੇ ਰੋਡਵੇ ਡੀ ਕਹਿੰਦੇ ਕਿ ਪ੍ਰਾਈਵੇਟ ਬੱਸ ਚਲੇ ਜੀ? ਨਹੀਂ ਨਹੀਂ ਆਧਾਰ ਕਾਰਡ ਵਾਲੀ ਜਾਣਾ। ਆਧਾਰ ਕਾਰਡ ਵਾਲੀ? ਹਾਂਜੀ। ਬਿਠਾਉਂਦੇ ਤੁਹਾਨੂੰ ਕਿ ਨਹੀਂ ਬਿਠਾਉਂਦੇ? ਬਿਠਾਈ ਜਾਂਦੇ ਆ। ਹਾਂਜੀ ਹਾਂਜੀ ਹੁਣ ਕਿਰਾਏ ਤੇ ਚੱਲੇ ਵਾ ਤੇ ਭਗਵੰਤ ਮਾਨ ਨੂੰ ਇੱਕ ਵਾਰ ਲੱਛਣਾ ਨਹੀਂ ਪਤਾ। ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਦਾ ਕਹਿਣਾ ਗੁੱਸਾ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਤੇ ਮਾਤਾ ਜੀ ਕਹਿੰਦੇ, ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਨੂੰ? ਮੁੱਖ ਮੰਤਰੀ ਨੂੰ ਹਰਜੀਤ ਕੌਰ ਕਵਾਲੀ ਤੋਂ ਆਹ ਚੰਗਾ ਸੀ ਪ੍ਰਾਈਵੇਟ, ਪ੍ਰਾਈਵੇਟ ਠੀਕ ਸੀ ਇੱਥੋਂ ਤੇ ਨਾ ਹੀ ਆਧਾਰ ਕਾਰਡ ਦੇ ਕਰਦੇ ਆਹ ਨਾ ਠੀਕ। ਮਾਤਾ ਜੀ ਹੋ ਸਾਡੇ ਨਾਲ ਨੇ, ਮਾਤਾ ਜੀ ਕਿਨੋਂ ਦੇ ਡਿੱਕੇ ਦੇ ਬੱਸ ਨੂੰ? ਅੱਧਾ ਪੌਣਾ ਘੰਟਾ ਹੋ ਗਿਆ। ਰੋਡਵੇਜ਼ ਦੀ ਜਦੋਂ ਸਾਨੂੰ ਸਹੂਲਤ ਆ ਤਾਂ ਫਿਰ ਇਹ ਕਿਉਂ ਨਹੀਂ ਦਿੰਦੇ ਆਪਣਾ ਕੰਡਕਟਰ ਡਰਾਈਵਰ? ਮਾਨ ਸਾਹਿਬ ਦੇ ਅੱਗੇ ਅਸੀਂ ਬੇਨਤੀ ਕਰਦੇ ਹਾਂ ਵੀ ਮਾਨ ਸਾਹਿਬ ਇਹ ਜਿਹੜਾ ਕੰਮ ਆ ਰੋਡਵੇਜ਼ ਦਾ ਬੰਦ ਕਰ ਦਿੱਤਾ ਜਾਵੇ, ਜਦੋਂ ਸਾਨੂੰ ਸਵਾਰੀਆਂ ਨੂੰ ਬਾਲਣਾ ਹੀ ਨਹੀਂ ਇਹਨਾਂ ਨੇ ਤਾਂ ਕੋਈ ਕਹਿੰਦੇ ਬਿਠਾਉਂਦੇ ਸਿਰਫ 52 ਸੀਟਾਂ ਸਵਾਰੀਆਂ ਪਾਉਣੀਆਂ, ਵੱਧ ਸੀਟਾਂ ਨਹੀਂ ਬਿਠਾਉਣੀਆਂ, ਕਿਤੇ ਐਕਸੀਡੈਂਟ ਹੋ ਸਕਦਾ ਵਾ, ਇਸ ਕਰਕੇ 52 ਤੋਂ ਵੱਧ ਨਹੀਂ ਬਿਠਾਉਣੇ। ਮੇਰੀ ਗੱਲ ਸੁਣੋ ਨਾ, ਇੱਕ ਬੱਸ ਓਵਰਲੋਡ ਹੋ ਕੇ ਗਈ ਆ, ਉਹਦੇ 'ਚ ਘੱਟ ਤੋਂ ਘੱਟ 150 ਸਵਾਰੀ ਹੋਣੀ ਆ। ਹਾਂ ਰੋਡਵੇਜ਼ ਦੀ ਅੱਜ ਤੋਂ ਪਹਿਲਾਂ ਗਈ ਹੋ। ਤੁਸੀਂ ਦੇਖ ਸਕਦੇ ਵੀ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਜਿੱਥੇ ਕਿ ਲੋਕ ਖੱਜਖਵਾਰ ਹੋ ਰਹੇ ਨੇ, ਸਵਾਰੀਆਂ ਕਿਤੇ ਕਿਤੇ ਪਰੇਸ਼ਾਨੀ ਆ ਰਹੀ ਇਹਨਾਂ ਨੂੰ ਆਪਣੇ ਸਫ਼ਰ ਦੀ ਜਾਣ ਕਰਕੇ, ਅਤੇ ਰੋਡਵੇਜ਼ ਦਾ ਜਿਹੜਾ ਕਿ ਬੱਸ ਦਾ ਇੰਤਜ਼ਾਰ ਕੀਤਾ ਜਾ ਰਿਹਾ। ਹੋਰ ਵੀ ਗੱਲਬਾਤ ਕਰਾਂਗੇ, ਹੋਰ ਵੀ ਸਵਾਰੀਆਂ ਬੈਠੀਆਂ ਨੇ। ਹਾਂਜੀ ਮਾਤਾ ਜੀ ਕੀ ਨਾਮ ਜੀ? ਬਿਲਕੁਲ ਤੁਸੀਂ ਦੇਖ ਸਕਦੇ ਹੋ ਕੈਮਰੇ ਖਾੜੀ ਕਿਤੇ ਕਿਤੇ ਬੋਲਣ ਵਾਸਤੇ ਵੀ ਸ਼ਰਮਾ ਰਹੇ ਨੇ, ਪਰ ਰੋਡਵੇਜ਼ ਦੀ ਬੱਸ ਡਿੱਕੀ ਆ ਰਹੀ ਹੈ ਵੀ ਕਿਤੇ ਰੋਡਵੇਜ਼ ਦੀ ਬੱਸ ਆਵੇ, ਉਸ ਨੂੰ ਲੈ ਕੇ ਵੀ ਜਿਹੜਾ ਕਿ ਇਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਸੀਰਾਂ ਵਿੱਚ ਸਵਾਰੀਆਂ ਜਿਹੜੀਆਂ ਨੇ ਰੋਡਵੇਜ਼ ਦੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਨੇ, ਅਤੇ ਜਦੋਂ ਵੀ ਬੱਸ ਆਉਂਦੀ ਆ ਗੱਲਬਾਤ ਕਰਾਂਗੇ ਮਾਤਾ ਜੀ ਨਾਲ।
ਹਾਂਜੀ ਕੀ ਪਰੇਸ਼ਾਨੀ ਆ ਰਹੀ ਹੈ? ਸਾਨੂੰ ਪਰੇਸ਼ਾਨੀ ਤੇ ਸਾਨੂੰ ਡੇਢ ਘੰਟਾ ਹੋ ਗਿਆ ਖਲੋਤਿਆਂ ਨੂੰ, ਕੋਈ ਬੱਸ ਨਹੀਂ ਚੱਕਣ ਡਈ ਰੋਡਵੇਜ਼ ਦੀ, ਉਹ 'ਚ ਪਰਾ ਪਰਾ ਲਾਈ ਜਾਂਦੇ ਆ। ਕਿਉਂ ਕਾਰਨ ਕੀ ਆ? ਪਤਾ ਨਹੀਂ ਸਾਨੂੰ ਕਾਰਨ ਦਾ ਕੀ ਆ, ਨਹੀਂ ਚੱਕਦੇ ਆਧਾਰ ਕਾਰਡ ਵਾਲੀਆਂ ਸਵਾਰੀਆਂ। ਫ੍ਰੀ ਕਰਕੇ ਨਹੀਂ ਲੈ ਕੇ ਜਾਣਦੇ? ਫ੍ਰੀ ਕਰਕੇ ਨਹੀਂ ਲੈ ਕੇ ਜਾਣ ਡੇ ਸਾਰੀਆਂ ਸਵਾਰੀਆਂ ਦੂਜੀਆਂ। ਜਾਣਾ ਤੁਸੀਂ ਕਿੱਥੇ ਆ? ਅਸੀਂ ਰਹੀਏ ਜਾਣਾ ਜੀ। ਹਾਂ ਇੱਥੇ ਡੇਢ ਘੰਟਾ ਹੋ ਗਿਆ ਖੜੇ ਆ। ਲੋਕਲ ਸਵਾਰੀ ਨਹੀਂ ਚੁੱਕਦੇ ਪਏ ਤਾਂ ਕਰਕੇ ਪਰੇਸ਼ਾਨੀ ਆ ਰਹੀ ਤੁਹਾਨੂੰ? ਕਿਤੇ ਲੋਕਲ ਚੱਕਦੇ ਆ, ਜਲੰਧਰ ਵਾਲੀ ਬੱਸ ਹੀ ਨਹੀਂ ਲਾਉਣ ਡੇ, ਲੱਗਦੀ ਨਹੀਂ ਬੱਸ, ਲੱਗਦੀ ਨਹੀਂ ਇੱਥੇ। ਜਦੋਂ ਪੂਰੀ ਕੀ ਇੱਕ ਦੋ ਸਵਾਰੀਆਂ ਚੁੱਕ ਕੇ ਲਈ ਜਾਣ ਤਾਂ ਭੀੜ ਪੈਂਦੀ ਨਹੀਂ ਆ, ਇੰਨੀ ਪਬਲਿਕ ਖਰਾਬ ਹੁੰਦੀ ਕੋਈ ਹਿਸਾਬ ਨਹੀਂ। ਹਾਂਜੀ ਭਾਅ ਜੀ, ਤੁਸੀਂ ਲੋਕਲ ਜੇ? ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਭਾਅ ਜੀ ਵਿਆਹ ਜਾਣਾ। ਹਾਂਜੀ, ਉਹਦੇ ਪਿੱਛੇ ਖੜੇ ਅੱਧਾ ਘੰਟਾ, ਮਤਲਬ ਜਿਹੜੀ ਗੱਡੀ ਲੰਘਦੀ ਆ ਕੋਈ ਰੋਕਦਾ ਕੋਈ ਨਹੀਂ, ਰੋਕਦਾ ਕੋਈ ਨਹੀਂ, ਮਤਲਬ ਕੀ ਮਤਲਬ? ਬੇਨਤੀ ਕਰਦੇ ਵੀ ਆਧਾਰ ਕਾਰਡ ਬੰਦ ਕਰ ਦਿਓ, ਅਸੀਂ ਕਿਰਾਇਆ ਦੇ ਕੇ ਜਾਣ ਵਾਲੇ ਬਣੀਏ। ਤੁਹਾਡੇ ਸਹੂਲਤ ਬਾਅਦ ਦਿੱਤੀ ਆ, ਪ੍ਰਾਈਵੇਟ ਬੱਸ ਹੈਗੀ ਹੈ, ਪ੍ਰਾਈਵੇਟ ਚੜ੍ਹ, ਤੁਸੀਂ ਪ੍ਰਾਈਵੇਟ ਲਗਾਈ ਆ? ਕਿਉਂ ਚੜ੍ਹੀਏ ਜਦੋਂ ਸਾਨੂੰ ਸਹੂਲਤ ਦਿੱਤੀ ਗੌਰਮੈਂਟ ਨੇ, ਅਸੀਂ ਸਹੂਲਤ ਲੈਣਾ ਚਾਹੁੰਦੇ ਹਾਂ, ਕਿਉਂ ਚੜ੍ਹੀਏ? ਹਾਂਜੀ ਹਾਂਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਕਿਤੇ ਕਿਤੇ ਪਰੇਸ਼ਾਨੀ ਆ ਰਹੀ ਹੈ, ਜਿਹੜੀਆਂ ਕਿ ਸਵਾਰੀਆਂ ਨੂੰ ਖੱਜਾ ਖਵਾਰ ਹੋ ਰਹੀਆਂ ਨੇ, ਅਤੇ ਸਰਕਾਰ ਨੂੰ ਵੀ ਕਿਤੇ ਕਿਤੇ ਉਹਨਾਂ ਦਾ ਜਿਹੜਾ ਗੁੱਸਾ ਜਿਹੜਾ ਕਿ ਸਰਕਾਰ 'ਤੇ ਵੀ ਆ, ਅਤੇ ਉਹਨਾਂ ਦਾ ਕਹਿਣਾ ਵੀ ਆਧਾਰ ਕਾਰਡ ਜਿਹੜਾ ਕਿ ਬੰਦ ਕਰ ਦਿੱਤਾ ਜਾਵੇ ਜੇਕਰ ਇਸੇ ਤਰ੍ਹਾਂ ਸਵਾਰੀਆਂ ਖੱਜਾ ਖਵਾਰ ਹੋਣਗੀਆਂ। ਪਰ ਉਹ ਤੋਂ ਬਾਅਦ ਜਿਹੜੀ ਕਿ ਸਰਕਾਰ ਦਾ ਵੀ ਕਹਿਣਾ ਵੀ ਦੂਜਾ ਜਿਹੜੀਆਂ ਸਵਾਰੀਆਂ ਤੋਂ ਵੱਧ ਜਿਹੜੀਆਂ ਸਵਾਰੀਆਂ ਨਹੀਂ ਬਿਠਾਉਣੀਆਂ, ਕਿਤੇ ਕਿਤੇ ਹਾਦਸਾ ਵੀ ਹੋ ਸਕਦਾ, ਐਕਸੀਡੈਂਟ ਵੀ ਹੋ ਸਕਦਾ, ਉਸ ਨੂੰ ਲੈ ਕੇ ਵੀ ਜਿਹੜੀਆਂ ਗੱਡੀਆਂ ਖੱਜਾ ਖਵਾਰ ਹੋਣੇ। ਤਾਂ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ, ਕਿਸ ਤਰ੍ਹਾਂ ਜਿਹੜੇ ਲੋਕ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਵੀ ਬੱਸ ਦਾ ਉਡੀਕ ਕਰ ਰਹੇ ਨੇ ਅਤੇ ਸਵਾਰੀਆਂ ਇੰਨੀਆਂ ਕੁ ਵੱਧ ਇੰਤਜ਼ਾਰ ਕਰ ਰਹੀਆਂ ਨੇ, ਅਤੇ ਜਿਹੜੀ ਬੱਸ ਦੀ ਲਿਮਿਟ ਆ ਇੱਕ ਬੱਸ ਵਿੱਚ ਵੱਧ ਤੋਂ ਵੱਧ 52 ਸੀਟਾਂ ਹੁੰਦੀਆਂ ਨੇ, ਉਸ ਨੂੰ ਲੈ ਕੇ ਵੀ ਜਿਹੜਾ ਗੱਲਬਾਤ ਕਰਾਂਗੇ ਕੰਡਕਟਰ ਸਾਹਿਬ ਨਾਲ ਵੀ, ਉਹ ਵੀ ਸਾਡੇ ਨਾਲ ਹੈ। ਹਾਂਜੀ ਵੀਰ ਜੀ, ਕੀ ਨਾਂ ਜੀ? ਮੇਰਾ ਨਾਮ ਅਮਨਦੀਪ ਸਿੰਘ ਜੀ। ਅਮਨਦੀਪ ਜੀ, ਕਿਸ ਤਰ੍ਹਾਂ ਦੇ ਸਵਾਰੀਆਂ ਬਹੁਤ ਇੰਤਜ਼ਾਰ ਹੋ ਰਹੀਆਂ, ਕਹਿੰਦੇ ਖੱਜਾ ਖਵਾਰ ਹੋ ਰਹੀਆਂ ਨੇ? ਖੱਜਲ ਖੁਆਰੀ ਦੀ ਗੱਲ ਨਹੀਂ ਜੀ, ਸਾਡੀ ਜਿਹੜੀ ਮਤਲਬ ਕਿ ਸਟੇਟ ਆ ਨਾ, ਕੰਪੈਰੀਜ਼ਨ ਕਰਦੀ ਆ ਬਾਹਰਲੇ ਦੇਸ਼ਾਂ ਦੇ ਨਾਲ। ਜੇ ਬਾਹਰਲੇ ਦੇਸ਼ਾਂ ਦੇ ਨਾਲ ਆਪਾਂ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਉਹਦੇ ਮਤਲਬ ਪੜ੍ਹਾਈ ਵਗੈਰਾ, ਟਰੈਵਲ ਵਗੈਰਾ ਸਾਰਾ ਕੁਝ ਮੁਫਤ ਹੈ। ਜੇ ਆਪਾਂ ਨੂੰ ਕੋਈ ਵੀ ਚੀਜ਼ ਗੌਰਮੈਂਟ ਮੁਫਤ ਦਿੰਦੀ ਆ ਤਾਂ ਰੂਲ ਸਿਸਟਮ ਹੁੰਦਾ, ਸਾਨੂੰ ਰੂਲ ਸਿਸਟਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਜਿਵੇਂ ਹੁਣ ਸਰਕਾਰ ਨੇ ਸਿਸਟਮ ਕੀਤਾ 52 ਸਵਾਰੀਆਂ ਦਾ ਕਿ ਗੱਡੀ ਸੀਟਡ ਹੈ 52 ਦੀ, ਤਾਂ ਅਸੀਂ ਟਰੈਵਲ ਮਤਲਬ ਕਿ ਅੱਗੇ ਵਧਾ ਨਹੀਂ ਸਕਦੇ, ਕਿਉਂਕਿ ਬਾਈ ਚਾਂਸ ਜੇ ਓਵਰਲੋਡ ਗੱਡੀ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਤਾਂ ਸਿਰਦਰਦੀ ਸਾਰੀ ਕੰਡਕਟਰ ਅਤੇ ਡਰਾਈਵਰ ਦੇ ਸਿਰ ਪੈ ਜਾਂਦੀ ਹੈ, ਸਵਾਰੀ ਦਾ ਕੁਛ ਨਹੀਂ ਜਾਂਦਾ ਹੈਗਾ। ਤਾਂ ਉਹ ਗੱਲ ਹੀ ਹੈ ਵੀ ਸਿਸਟਮ ਦੇ ਹਿਸਾਬ ਨਾਲ ਜੇ ਅਸੀਂ ਦੇਖੀਏ ਤਾਂ ਜੇ 52 ਸਵਾਰੀਆਂ ਦਾ ਸਿਸਟਮ ਹੈ ਜਿਹੜਾ, ਉਹ ਸਾਡੇ ਲਈ ਤਾਂ ਬਹੁਤ ਫਾਇਦੇਮੰਦ ਹੈ, ਕਿਉਂਕਿ ਕੋਈ ਵੀ ਸਵਾਰੀ ਆ ਉਹ ਸਿਰਫ ਆਪਣੇ ਸਫ਼ਰ ਤੱਕ ਮਤਲਬ ਰੱਖਦੀ ਆ, ਆਧਾਰ ਕਾਰਡ ਜਾਂ ਫ੍ਰੀ ਸਫ਼ਰ ਤੱਕ ਉਹਨਾਂ ਨੂੰ ਕੋਈ ਮਤਲਬ ਨਹੀਂ। ਹੁਣ ਹੀ ਰੂਲ ਕਿਉਂ ਲਾਇਆ ਗਿਆ? ਕਿਉਂਕਿ ਪਹਿਲਾਂ ਵੀ ਸਵਾਰੀ ਸਫ਼ਰ ਲੋਕ ਕਰਦੇ ਸੀ, ਪਹਿਲੇ ਵੀ ਕਿਤੇ ਐਕਸੀਡੈਂਟ ਹੁੰਦੇ ਸੀ, ਜੇ ਮੰਨ ਲਓ 52 ਸਵਾਰੀਆਂ ਬਿਠਾ ਕੇ ਵੀ ਕਿਤੇ ਐਕਸੀਡੈਂਟ ਹੋ ਜਾਂਦਾ, ਫਿਰ ਕਿਉਂ ਜ਼ਿੰਮੇਵਾਰ ਆ? ਗੱਲ ਜ਼ਿੰਮੇਵਾਰ ਦੀ ਨਹੀਂ, ਗੱਲ ਤਾਂ ਜੀ ਮਤਲਬ ਸਿਸਟਮ ਦੇ ਹਿਸਾਬ ਨਾਲ ਆ, ਕਿਉਂਕਿ ਜਦੋਂ ਓਵਰਲੋਡ ਹੋ ਜਾਂਦੀ ਹੈ ਨਾ ਉਹਦੇ ਵਿੱਚ ਸਵਾਰੀਆਂ ਕੰਡਕਟਰ ਨੂੰ ਇਹ ਦਿੱਕਤ ਆਉਂਦੀ ਆ, ਬਾਈ ਚਾਂਸ ਆਧਾਰ ਕਾਰਡ ਸਵਾਰੀਆਂ ਕੀ ਕਰਦੀ ਆ, ਕੋਈ ਵਿੱਚ ਕੋਈ ਸਵਾਰੀ ਆ ਜੋ ਟਿਕਟ ਵਗੈਰਾ ਰਹਿ ਜਾਂਦੀ ਹੈ, ਬੇਸ਼ੱਕ ਸਫ਼ਰ ਫ੍ਰੀ ਹੈ ਬਟ ਆਮ ਕੰਡਕਟਰ ਵਾਸਤੇ ਆ ਜਿਹੜਾ ਸਿਰਦਰਦੀ ਬਣ ਜਾਂਦਾ, ਅਗਰ ਕੋਈ ਸਵਾਰੀ ਟਿਕਟ ਨਹੀਂ ਲੈਂਦੀ ਤਾਂ ਉਹਦੇ ਵਿੱਚ ਕੰਡਕਟਰ ਦੀ ਸਿਰਦਰਦੀ ਬਣਦੀ ਹੈ। ਜਿਹੜੀ ਹੁਣ ਜਿਵੇਂ ਸਵਾਰੀ ਅਸੀਂ ਦੇਖਿਆ ਵੀ ਇੰਨੇ ਖੱਜਾ ਖਵਾਰ ਹੋਈ ਆ, ਲੋਕ ਕਹਿੰਦੇ ਅਸੀਂ ਚਾਹੇ ਸਵੇਰ ਦੇ ਖੜੇ ਆ ਕੇ ਚਾਰ ਚਾਰ ਬੱਸਾਂ ਲੰਘ ਗਈਆਂ ਨੇ, ਨਾ ਤਾਂ ਬੱਸਾਂ ਇੱਥੇ ਖਲਾਰਦੇ ਆ, ਅਤੇ ਲੋਕ ਕਹਿੰਦੇ ਅਸੀਂ ਜਾਈਏ ਕਿੱਥੇ, ਉਹ ਸਰਕਾਰ ਨੂੰ ਲਾਮਾ ਦੇਣੇ ਜੀ ਨਹੀਂ। ਗੱਡੀ ਮਤਲਬ ਟਾਈਮਿੰਗ ਦੇ ਹਿਸਾਬ ਨਾਲ ਮਿੰਟ ਮਿੰਟ ਬਾਅਦ ਗੱਡੀ ਦੀ ਸਰਵਿਸ ਮਤਲਬ ਸਾਰੇ ਰੂਟਾਂ ਦੇ ਉੱਤੇ ਹੈਗੀ ਹੈ, ਬਟ ਜਦੋਂ ਕੋਈ ਮਤਲਬ ਕਿ ਸਵਾਰੀ ਨੂੰ ਕੀ ਹੁੰਦਾ ਗਾ, ਸਵਾਰੀ ਇਹ ਦੇਖਦੀ ਹੈ ਵੀ ਸਾਨੂੰ ਬੱਸ ਸਵਾਰੀ ਹਫੜਾ ਤਫੜੀ ਜਦੋਂ ਕਰਦੀ ਹੈ ਨਾ ਕੋਈ ਵੀ ਗੱਡੀ ਹੈ, ਕਹਿੰਦੇ ਲੋਕਲ ਸਵਾਰੀ ਉਠਾ ਰਹੇ ਨਹੀਂ, ਲੋਕਲ ਸਵਾਰੀ ਬਿਠਾ ਰਹੇ ਹਾਂ ਬਟ ਜਦੋਂ ਸਵਾਰੀ ਧੱਕਾ ਕਰਦੀ ਆ ਤਾਂ ਫਿਰ ਲੋਕਲ ਸਵਾਰੀ ਤੋਂ ਵੀ ਸਾਨੂੰ ਇਨਕਾਰ ਕਰਨਾ ਪੈਂਦਾ, ਕਿਉਂਕਿ ਕੋਈ ਹਰੇਕ ਚੀਜ਼ ਦਾ ਸਿਸਟਮ ਹੈ। ਜੇ ਮੰਨ ਕੇ ਚਲੋ ਦਿੱਲੀ ਰੂਟ ਵਾਲੀ ਗੱਡੀ ਹੈ, ਜੇ ਅਸੀਂ ਲੋਕਲ ਸਵਾਰੀ ਨੂੰ ਜ਼ਿਆਦਾ ਪ੍ਰਾਇਓਰਟੀ ਦਿੰਦੇ ਹਾਂ ਤਾਂ ਫਿਰ ਜੇ ਦਿੱਲੀ ਦੀ ਸਵਾਰੀ ਸਾਨੂੰ ਮਿਲਦੀ ਨਹੀਂ ਹੈਗੀ, ਕਿਉਂਕਿ ਬੁਕਿੰਗ ਦੇ ਅਕੋਰਡਿੰਗ ਪਰ ਸਾਨੂੰ ਵੀ ਹਿਸਾਬ ਕਿਤਾਬ ਹੈ ਜਿਹੜਾ ਮਹਿਕਮੇ ਦੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ। ਅਗਰ ਜੇ ਸਾਡੀ ਬੁਕਿੰਗ ਨਹੀਂ ਆਊਗੀ ਤਾਂ ਫਿਰ ਬੱਸਾਂ ਵੀ ਕਿਸ ਚੀਜ਼ ਦੇ ਬੇਸ 'ਤੇ ਚੱਲਣਗੀਆਂ?
ਬਿਲਕੁਲ ਜੀ, ਤੁਸੀਂ ਦੇਖਿਆ ਵੀ ਕੰਡਕਟਰ ਸਾਹਿਬ ਨੇ ਆਪਣਾ ਜਿਹੜਾ ਦੱਸਿਆ ਵੀ ਸਾਡੇ ਵੀ ਰੂਲ ਨੇ ਅਤੇ ਜਿਸ ਤਰ੍ਹਾਂ ਰੂਲ ਦੇ ਨਾਲ ਹਿਸਾਬ ਨਾਲ ਜਿਹੜਾ ਚੱਲਣਾ ਚਾਹੀਦਾ, ਪਰ ਉੱਥੇ ਜਿਹੜੀ ਸਵਾਰੀਆਂ ਨੇ ਉਹ ਵੀ ਆਪਣਾ ਦੁੱਖ ਦੱਸ ਰਹੀਆਂ ਨੇ। ਉਹਨਾਂ ਦਾ ਕਹਿਣਾ ਵੀ ਲੱਗਦਾ ਵੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸਰਕਾਰ ਨੂੰ ਜਿਹੜੀਆਂ ਆਧਾਰ ਕਾਰਡ ਵਾਲੀਆਂ ਨੇ ਜਿਹੜੀਆਂ ਸਵਾਰੀਆਂ ਨੇ ਜਾਂ ਟਿਕਟਾਂ ਉਹ ਬੰਦ ਕਰ ਦੇਣਾ ਚਾਹੀਦਾ ਫ੍ਰੀ ਵਾਲਾ ਸਫ਼ਰ, ਕਿਉਂਕਿ ਲੋੜੀਆਂ ਲੋਕ ਨੇ ਜਿਹੜੇ ਖੱਜੇ ਖੁਆਰ ਹੋ ਰਹੇ ਨੇ। ਕੋਈ ਤਸਵੀਰਾਂ ਜ਼ਰੂਰ ਸਾਂਝੀ ਕਰ ਦਾਂਗੇ ਅੰਮ੍ਰਿਤਸਰ ਦੀਆਂ। ਇਹ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਦੇਖ ਰਹੇ ਹੋ, ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਖੱਜੇ ਖੁਆਰ ਹੋ ਰਹੇ ਨੇ ਅਤੇ ਲੋਕਾਂ ਦਾ ਗੁੱਸਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਕਿ ਖਾਸ ਕਰਕੇ ਸਰਕਾਰ 'ਤੇ ਕੱਢਿਆ ਜਾ ਰਿਹਾ ਵਾ। ਹੋਰ ਵੀ ਬੀਬੀਆਂ ਨਾਲ ਅਸੀਂ ਗੱਲਬਾਤ ਕਰਾਂਗੇ, ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜਿਹੜਾ ਵਿਖਾ ਰਿਹਾ ਤੁਹਾਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ, ਜਿੱਥੇ ਕਿ ਤੁਸੀਂ ਦੇਖ ਸਕਦੇ ਵੀ ਇੱਕ ਰੋਡਵੇਜ਼ ਦੀ ਜਿਹੜੀ ਬੱਸ ਹੁਣੇ ਆਈ ਆ ਅਤੇ ਲੋਕ ਹਫੜਾ ਦਫੜੀ, ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਸਵਾਰੀਆਂ ਜਿਹੜੀਆਂ ਨੇ ਚੜ੍ਹਨ ਦਾ ਇੰਤਜ਼ਾਰ ਕਰ ਰਹੀਆਂ ਨੇ। ਤੁਸੀਂ ਦੋਵੇਂ ਤੁਸੀਂ ਦੇਖ ਸਕਦੇ ਵੀ ਬੱਸ ਬਿਲਕੁਲ ਅੱਡੇ 'ਤੇ ਲੱਗੀ ਆ ਅਤੇ ਲੋਕ ਸਵਾਰੀਆਂ ਜਿਹੜੀਆਂ ਖਚਾ ਖਚ ਭਰ ਰਹੀਆਂ ਨੇ, ਲੋਕ ਇਹਨਾਂ ਦੇਖ ਰਹੇ ਨੇ, ਪਰ ਹਜੇ ਤੱਕ ਜਿਹੜੇ ਕਿ ਦਰਵਾਜ਼ੇ ਨਹੀਂ ਖੋਲ੍ਹੇ ਜਾ ਰਹੇ। ਲੋਕਾਂ ਦਾ ਕਹਿਣਾ ਵੀ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ, ਸਵੇਰ ਤੋਂ ਲੈ ਕੇ ਤਿੰਨ ਤਿੰਨ ਚਾਰ ਚਾਰ ਬੱਸਾਂ ਜਿਹੜੀਆਂ ਚੰਡੀਆਂ ਪੈਂਦੀਆਂ। ਤੁਸੀਂ ਦੇਖ ਸਕਦੇ ਹੋ ਵੀ ਹੁਣੇ ਰੋਡਵੇਜ਼ ਜਿਹੜੀ ਬੱਸ ਆ 8 ਨੰਬਰ ਕਾਊਂਟਰ 'ਤੇ ਜਿਹੜੀ ਲੱਗੀ ਆ ਅਤੇ ਸਵਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਵੀ ਇੰਨੀਆਂ ਜਿਹੜੀਆਂ ਆ ਗਈਆਂ ਨੇ ਅਤੇ 52 ਸੀਟਾਂ ਤੋਂ ਕਿਤੇ ਕਿਤੇ ਵੱਧ ਨੇ, ਪਰ ਲੋਕ ਜਿਹੜੇ ਨੇ ਕਿਤੇ ਖੱਜੇ ਖੁਆਰ ਹੋ ਰਹੇ ਨੇ। ਲੋਕਾਂ ਦਾ ਵੀ ਕਹਿਣਾ ਵਾ, ਦੇਖ ਸਕਦੇ ਹੋ ਤਸਵੀਰਾਂ ਵਿੱਚ ਲੋਕ ਜਿਹੜੇ ਖੱਜੇ ਖੁਆਰ ਹੋ ਰਹੇ। ਕੀ ਕਹਿੰਦੀ ਖੋਲ੍ਹੀ ਦੇ ਕੀ ਗੱਲ? ਖੋਲ੍ਹਦੇ ਨਹੀਂ ਪਏ ਖੜੇ, ਕੀ ਕਾਰਨ ਕੀ ਖੋਲ੍ਹਣ ਦਾ ਪਤਾ ਨਹੀਂ। ਬਿਲਕੁਲ, ਤੁਸੀਂ ਦੇਖ ਸਕਦੇ ਵੀ ਉਹਨਾਂ ਨੇ ਡਰਾਈਵਰ ਨੇ ਕੰਡਕਟਰਾਂ ਜਿਹੜੇ ਕਿ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਵਾ ਅਤੇ ਸਵਾਰੀਆਂ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਵਧੀਆ ਤਸਵੀਰਾਂ ਵਿਖਾ ਰਹੇ ਆ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ। ਬਹੁਤ ਜ਼ਿਆਦਾ ਰਸ਼ ਪਿਆ ਆਇਆ ਵਾ ਕਿਉਂਕਿ ਇਸ 52 ਸੀਟਾਂ ਤੋਂ ਵੱਧ ਨਹੀਂ ਚੜ੍ਹਾਉਣੀਆਂ, ਪਰ ਸਵਾਰੀਆਂ ਜ਼ਿਆਦਾ ਹੋਣ ਕਰਕੇ ਕਿਤੇ ਕਿਤੇ ਖੱਜਾ ਖੁਆਰੀ ਹੋ ਰਹੀ ਆ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਕੰਡਕਟਰ ਸਾਹਿਬ, ਕਿਉਂ ਰਸ਼ ਪਿਆ ਗਿਆ ਨਾ? ਤੁਹਾਡੇ ਸਾਹਮਣੇ ਆ ਵੇਖ ਲਓ, ਆਧਾਰ ਕਾਰਡ ਕਰਕੇ ਹੀ ਆ ਜ਼ਿਆਦਾ ਕੰਮ। ਹਾਂਜੀ, ਲੋਕਲ ਸਵਾਰਾ ਜ਼ਿਆਦਾ। ਫ੍ਰੀ ਵਾਲੇ ਬਿਠਾ ਰਹੇ ਕਿ ਬਿਠਾ ਰਹੇ ਨੇ? ਸਾਰੇ ਬਿਠਾ ਰਹੇ ਆ, 52 ਬਿਠਾਣੀਆਂ ਕਹਿੰਦੇ। ਹਾਂਜੀ, ਇਹ ਸਵਾਰੀ ਵੀ ਦਿੱਕਤ ਕਹਿਣਾ ਵੀ ਸਾਨੂੰ ਲੋਕ ਨਹੀਂ ਬਿਠਾ ਰਹੇ? ਨਹੀਂ, ਆਹ ਸਾਡੇ ਸਾਹਮਣੇ ਵੇਖ ਲੱਗਾ ਜੇ ਕੱਟਣਾ, 52 ਕੱਟਣੀਆਂ ਵਾ, ਜਿਹੜੀ ਮਰਜ਼ੀ ਆ ਰਹੇ। ਹਾਂ, ਪਹਿਲੇ 2 ਆਧਾਰ ਕਾਰਡ ਫੜ ਲਿਆ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਆਧਾਰ ਕਾਰਡ ਲੈ ਕੇ ਜਿਹੜੀਆਂ ਕਿ ਟਿਕਟਾਂ ਦਿੱਤੀ ਜਾ ਰਹੀਆਂ ਨੇ ਅਤੇ ਉਹਨਾਂ ਦਾ ਕਹਿਣਾ ਵੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਾਊਗੀ ਆਧਾਰ ਕਾਰਡ ਵਾਲੀ ਸਵਾਰੀਆਂ ਬੀਬੀਆਂ ਜਿਹੜੀਆਂ ਨੇ। ਹਾਂਜੀ, ਬੋਲੋ ਬੇਟਾ। ਜਿੱਦਾਂ ਦੇਖ ਸਕਦੇ ਹੋ, ਇੱਕ ਸਰਕਾਰੀ ਬੱਸ ਲਈ ਕਿਸੇ ਦੇ ਲੱਤ ਬਾਂਹ ਟੁੱਟ ਜੇ ਨਾ, ਆਧਾਰ ਕਾਰਡ ਗੁੰਮ ਜੇ, ਫਿਰ ਇੱਕ ਬੱਸ ਲਈ ਕਿ ਤੁਸੀਂ ਆਧਾਰ ਕਾਰਡ ਅਤੇ ਆਪਣੀਆਂ ਲੱਤਾਂ ਬਾਂਹ, ਜਿੱਥੇ ਤੁਸੀਂ 10 ਰੁਪਈਏ ਲਾ ਕੇ ਜਾਂ ਤੁਸੀਂ 25 ਰੁਪਈਏ ਜਾਂ 100 ਰੁਪਈਏ ਲਾ ਕੇ ਜਾਣਾ, ਉੱਥੇ ਤੁਹਾਨੂੰ ਲੱਖ ਲੱਖ ਹਜ਼ਾਰ ਹਜ਼ਾਰ ਰੁਪਈਏ ਲਾਉਣੇ ਪੈਣੇ। ਤੁਸੀਂ ਬੇਟਾ ਕਿੱਥੇ ਜਾਣਾ ਵਾ? ਅਸੀਂ ਫਗਵਾੜੇ ਜਾਣਾ, ਅਸੀਂ 1.5 ਘੰਟੇ ਦੇ ਇੱਥੇ ਖੜ੍ਹੇ ਹਾਂ। ਅਸੀਂ ਅੰਮ੍ਰਿਤਸਰ ਤੋਂ ਹੁਣ ਆਏ ਹਾਂ ਦਰਬਾਰ ਸਾਹਿਬ ਮੱਥਾ ਟੇਕ ਕੇ, ਅਸੀਂ 1.5 ਘੰਟੇ ਦੇ ਇੱਥੇ ਖੜ੍ਹੇ ਹਾਂ, ਕੋਈ ਬੱਸ ਨਹੀਂ ਮਿਲਦੀ ਪਈ ਹੈਗੀ। ਬੱਸ ਦੇ ਕੇ ਪ੍ਰਾਈਵੇਟ 'ਤੇ ਜਾਣਾ? ਅਸੀਂ ਦੋਨੇ ਲੱਭ ਰਹੇ ਹਾਂ, ਦੋਨੇ ਇੱਕ, ਅਸੀਂ ਉਹਨਾਂ ਨੂੰ ਪ੍ਰਾਈਵੇਟ ਵਾਲੀ ਨੂੰ ਪੁੱਛਿਆ ਸੀਗਾ, ਉਹ ਕਹਿੰਦੀ ਨਹੀਂ ਤੁਸੀਂ ਟਿਕਟ ਹੀ ਨਹੀਂ ਕੱਟਦਾ ਪਿਆ ਹੈਗਾ, ਕੰਡਕਟਰ ਪਤਾ ਨਹੀਂ ਕਿੱਦਾਂ ਦੇ ਕੰਡਕਟਰ ਰੱਖੇ ਹੋਏ ਨੇ। ਭਗਵੰਤ ਮਾਨ ਸਾਹਿਬ ਨੂੰ ਕੀ ਜਾਏਗਾ ਮੁੱਖ ਮੰਤਰੀ ਪੰਜਾਬ ਨੂੰ? ਹਾਂਜੀ, ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਪੰਜਾਬ ਨੂੰ? ਮੈਂ ਇੱਦਾਂ ਤਾਂ ਕੁਛ ਕਹਿਣਾ ਨਹੀਂ ਚਾਹੁੰਦੀ ਕਿਸੇ ਦੇ ਬਾਰੇ, ਪਰ ਮੈਂ ਬੱਸਾਂ ਦੇ ਬਾਰੇ ਕਹਿਣਾ ਚਾਹੁੰਦੀ ਹਾਂ ਕਿ ਇੱਦਾਂ ਨਹੀਂ ਕਰਨੀ ਚਾਹੀਦੀ। ਤੁਸੀਂ ਜੇ ਬੰਦਿਆਂ ਨੂੰ ਵੀ ਫਿਰ ਪੈਸੇ ਦੂਜੇ ਹੀ ਦਿਓ ਫਿਰ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਰੋਡਵੇਜ਼ ਦੀ ਬੱਸ ਆਉਣ ਦੇ ਨਾਲ ਜਿਹੜੀ ਕਿ ਜਿਹੜੀਆਂ ਫ੍ਰੀ ਦੀਆਂ ਸਵਾਰੀਆਂ ਨੇ ਜਿਹੜੀਆਂ ਰੋਡਵੇਜ਼ ਦੀਆਂ ਅਤੇ ਆਧਾਰ ਕਾਰਡ ਵਾਲੀਆਂ, ਪਰ ਰਸ਼ ਬਹੁਤ ਪੈ ਗਿਆ ਇਸ ਚੀਜ਼ ਨੂੰ ਲੈ ਕੇ। ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਜਿਹੜਾ ਕੀ ਹੈ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਹਾਂਜੀ ਮਾਤਾ ਜੀ, ਕਿੱਥੇ ਚੱਲੇ ਜੀ? ਜਾਣਾ ਤਾਂ ਬਹੁਤ ਅਸੀਂ ਖਡੂਰ ਸਾਹਿਬ ਨੂੰ ਅਤੇ ਉੱਧਰ ਹੁਣ ਚੜ੍ਹਨਾ ਇੱਧਰ। ਪਰ ਮਾਤਾ ਜੀ ਸਮਾਨ ਇੰਨਾ ਵਾ, ਰੋਡਵੇਜ਼ ਦੀ ਬੱਸ ਭਰੀ ਪਈ ਆ, ਰਸ਼ ਵਾਲਾ ਕਿੱਦਾਂ ਜਾਓਗੇ? ਚਲੋ ਹੋਰ ਕੋਈ ਮਿਲ ਜੂ ਤੇ ਚੜ੍ਹ ਜਾਂਦੇ ਹਾਂ, ਰਾਹ ਦੀ ਮਿਲ ਜੂ ਤੇ। ਹਾਂਜੀ, ਸੋਚਿਆ ਸੀ ਫ੍ਰੀ ਦੀ ਬੱਸ ਜਾਂਦੇ ਆਧਾਰ ਕਾਰਡ ਵਾਲੀ ਦੇ? ਹਾਂਜੀ, ਆਧਾਰ ਕਾਰਡ ਬਾਰੇ ਨਹੀਂ ਸੋਚਿਆ, ਮਿਲ ਜੂ ਤੇ ਚੜ੍ਹ ਜਾਵਾਂਗੇ, ਨਾ ਮਿਲੂ ਤੇ ਨਾ ਅਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਲੋਕਾਂ ਦਾ ਕਹਿਣਾ ਵੀ ਜੇਕਰ ਮਿਲ ਜੇਗੀ ਤਾਂ ਚੜ੍ਹ ਜਾਵਾਂਗਾ, ਨਹੀਂ ਤਾਂ ਇਸੇ ਤਰ੍ਹਾਂ ਹੀ ਆ। ਆਧਾਰ ਕਾਰਡ ਵਾਲੀ ਉਹ ਬੱਸਾਂ ਨੂੰ ਲੈ ਕੇ ਜਿਹੜਾ ਕਿ ਰਸ਼ ਬਹੁਤ ਪੈ ਰਿਹਾ ਵਾ, ਤਸਵੀਰਾਂ ਵਿੱਚ ਵੇਖ ਸਕਦੇ ਹੋ, ਤੁਹਾਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਵਿਖਾ ਰਹੇ ਹਾਂ।
ਕਿਸ ਤਰ੍ਹਾਂ ਜਿਹੜਾ ਕਿ ਰਸ਼ ਆ ਬਹੁਤ ਜ਼ਿਆਦਾ ਪੈ ਗਿਆ ਵੀ 52 ਤੋਂ ਬਾਅਦ ਜਿਹੜੀਆਂ ਸਵਾਰੀਆਂ ਨਹੀਂ ਬਿਠਾਉਣੀਆਂ। ਹਾਂਜੀ ਭੈਣ ਜੀ ਕਿੱਥੇ ਜਾਣਾ ਜੀ? ਭਰਾਵਾ ਮੈਂ ਲੁਧਿਆਣੇ ਜਾਣਾ। ਫਰੀ ਵਾਲੀ ਜੇ ਫੈਸਿਲਿਟੀ ਹੈਗੀ ਫਿਰ ਫਰੀ ਹੋ ਜਾਵਾਂਗੇ, ਟਿਕਟ ਲੈ ਕੇ ਜਾਣਗੇ, ਮੈਂ ਫਰੀ ਜਾਊਂਗੀ। 52 ਤੋਂ ਬਾਅਦ ਸੀਟਾਂ ਨਹੀਂ ਬਿਠਾਉਣੀਆਂ ਕਿਉਂਕਿ ਰਸ਼ ਬਹੁਤ ਜ਼ਿਆਦਾ ਪੈ ਗਿਆ। ਕੀ ਕਹਿੰਦਾ? 52 ਤੋਂ ਬਾਅਦ ਸਵਾਰੀਆਂ ਨਹੀਂ ਬਿਠਾਉਣੀਆਂ। ਉਹ ਤਾਂ ਚਾਹੀਦਾ ਉੱਦਾਂ ਹੀ ਆ, ਚਾਹੀਦਾ ਤਾਂ ਉੱਦਾਂ ਹੀ ਆ, ਵੈਸੇ ਹੀ ਨੋਰਮਲੀ ਇੱਦਾਂ ਹੀ ਚਾਹੀਦਾ। ਜ਼ਿਆਦਾ ਸਵਾਰੀਆਂ ਕਦੇ ਵੀ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ, ਚਾਹੇ ਪੈਸੇ ਲੈ ਰਹੇ ਚਾਹੇ ਸਰਕਾਰ ਫਰੀ ਫੈਸਿਲਿਟੀ ਦੇ ਰਹੀ ਹੈ, ਲੇਕਿਨ ਸਵਾਰੀ ਵੱਧ ਇੱਕ ਵੀ ਨਹੀਂ ਚਾਹੀਦੀ ਹੈਗੀ। ਧੰਨਵਾਦ ਜੀ। ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ, ਕੀ ਹਾਲਾਤ ਨੇ, ਸਵਾਰੀਆਂ ਜਿਹੜੀਆਂ ਨੇ ਖਜਾ ਖਜ ਬੱਸ ਜਿਹੜੀ ਆ ਭਰ ਗਈ ਆ, ਪਰ ਹਜੇ ਤੱਕ ਜਿਹੜੇ ਕਿ ਦਰਵਾਜ਼ੇ ਨਹੀਂ ਖੋਲ੍ਹੇ ਗਏ। ਤੁਸੀਂ ਦੇਖ ਸਕਦੇ ਹੋ ਵੀ ਇਹ ਤਸਵੀਰਾਂ ਨੇ, ਕਹਿੰਦੇ 52 ਤੋਂ ਵੱਧ ਜਿਹੜੀਆਂ ਵਾ ਸਵਾਰੀਆਂ ਨਹੀਂ ਬਿਠਾਉਣੀਆਂ। ਪਹਿਲੀ ਵਾਰੀ ਤਾਂ ਦੂਜੀ ਵਾਰੀ ਮਾਤਾ ਜੀ ਬੱਸ ਖੋਲ੍ਹੀ ਨਹੀਂ ਵਾਰੀ ਨਹੀਂ ਅਜੇ ਨਹੀਂ ਖੋਲ੍ਹੀ ਖੋਲ੍ਹਣੀ ਜੀ ਸ਼ਾਇਦ ਲੈ ਕੇ ਸਾਡੇ ਕੋਲੋਂ ਫਿਰ ਵੀ ਅਸੀਂ ਤਾਂ ਕਿਹਾ ਪੈਸੇ ਲੈ ਕੇ ਟਿਕਟ ਦੇ ਕੇ ਅਤੇ ਫਿਰ ਤੁਸੀਂ ਚੜਾ ਲਓ ਸਾਨੂੰ ਬੱਸ 'ਤੇ। ਫਰੀ ਦਾ ਸਫ਼ਰ ਸਰਕਾਰ ਦੇ ਰਹੀ ਆ, ਪਰ ਜੇ ਬੱਸਾਂ ਰੋਕਦੇ ਨਹੀਂ ਆ, ਬੱਸਾਂ ਖਿਲਾਰਦੇ ਨਹੀਂ ਆ, ਤਾਂ ਫਿਰ ਫਾਇਦਾ ਕੀ ਇਹਨਾਂ ਨੂੰ? ਫਿਰ ਸਰਕਾਰ ਦੇ ਅਸੀਂ ਤਾਂ ਰਹੀਏ ਜਾਣਾ ਵਾ। ਹਾਂਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਸਵਾਰੀਆਂ ਕਹਿਣਾ ਵੀ ਸਾਡੇ ਕੋਲ ਪੈਸੇ ਲੈ ਲਓ ਭਾਵੇਂ, ਪਰ ਸਾਨੂੰ ਜਿਹੜਾ ਕਿ ਸਫ਼ਰ ਕਰਨ ਦਿੱਤੀ ਜਾਵੇ, ਪਰ ਕਿਤੇ ਕਿਤੇ ਪਰੇਸ਼ਾਨੀ ਵੀ ਆ ਰਹੀ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਨੂੰ। ਅਤੇ ਡਰਾਈਵਰ ਕੰਡਕਟਰ ਦਾ ਕਹਿਣਾ ਵੀ ਅਸੀਂ 50 ਤੋਂ ਬਾਅਦ ਜਿਹੜੀਆਂ ਸਵਾਰੀਆਂ 52 ਤੋਂ ਵੱਧ ਸਵਾਰੀਆਂ ਬਿਠਾਉਣੀਆਂ, ਪਰ ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਹਾਂ, ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇੱਕ ਬੱਸ ਆਉਂਦੀ ਆ ਅਤੇ 100-150 ਜਿਹੜੀ ਕਿ ਸਵਾਰੀ ਆ ਉਹ ਖੱਜਲ ਖਵਾਰ ਹੋ ਜਾਂਦੀ ਆ, ਕਿਤੇ ਕਿਤੇ ਉਡੀਕ ਨਹੀਂ ਕਰਦੀ ਆ ਫ੍ਰੀ ਦੇ ਸਫ਼ਰ ਨੂੰ ਲੈ ਕੇ। ਅਤੇ ਲੋਕਾਂ ਦਾ ਵੀ ਕਹਿਣਾ ਵੀ ਅਸੀਂ ਸਵੇਰ ਦੀਆਂ 3-3, 4-4 ਬੱਸਾਂ ਲਗਾ ਦਿੱਤੀਆਂ, ਹਜੇ ਤੱਕ ਸਾਨੂੰ ਕਿਸੇ ਨੇ ਜਿਹੜਾ ਸਫ਼ਰ ਨਹੀਂ ਕਰ ਬੱਸ ਦਾ ਸਫ਼ਰ ਨਹੀਂ ਹੋਇਆ ਤਾਂ ਉਹ ਵੀ ਭੈਣ ਜੀ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ ਕੀ ਨਾਮ? ਬੱਸ ਚੜਾਉਂਦੇ ਨਹੀਂ, ਬਸ ਇੱਥੇ ਖੜ੍ਹੇ ਆ ਉਹਨਾਂ ਦੇ। ਬਿਠਾਉਂਦੇ ਕਿਉਂ ਨਹੀਂ ਆ? ਬਸ ਕਹਿੰਦੇ ਨਹੀਂ ਇਸ 'ਚ ਨਹੀਂ, ਬੱਸ 'ਚ ਨਹੀਂ ਬਹਿਣਾ, ਹੋਰ ਬੱਸ ਆ ਜਾਣੀ। ਸਾਹਮਣੇ ਇੱਕ ਬੱਸ ਆਈ ਹੈ ਉਹ ਜਲਦੀ ਜਲਦੀ ਆ, ਉਹ 'ਚ ਨਹੀਂ ਬੈਠੇ ਜੀ? ਕਿਹੜੀ ਬੱਸ? ਇੱਕ ਬੱਸ ਹੋਰ ਆਈ ਹੈ ਰੋਡਵੇਜ਼ ਦੀ, ਉਹ 'ਚ ਨਹੀਂ ਬਿਠਾਇਆ ਤੁਹਾਨੂੰ? ਨਹੀਂ ਕਿਸੇ 'ਚ ਨਹੀਂ ਬਿਠਾਉਂਦੇ, ਉਹ ਕਹਿੰਦੇ ਇਹ 'ਚ ਨਹੀਂ ਚੱਲਣਾ, ਇਹ 'ਚ ਨਹੀਂ ਜਾਣੇ। ਕੀ ਕਹਿੰਦੇ? ਆਧਾਰ ਕਾਰਡ ਚੱਲਦਾ ਨਹੀਂ? ਕੀ ਕਹਿੰਦੇ? ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਇਹ 'ਚ। ਫਿਰ ਹੁਣ ਕਿੱਦਾਂ ਜਾਓਗੇ? ਜਾਵਾਂਗੇ ਤੁਹਾਨੂੰ ਬੱਸ 'ਚ ਜੀ, ਕਿਤੇ ਹੁਣ ਸਰਕਾਰ ਨੂੰ ਸੇਵ ਕਰਨਾ ਚਾਹੀਦਾ ਨਾ, ਜੇ ਫ੍ਰੀ ਸਰਵਿਸ ਹੈ ਤਾਂ ਕਿਉਂ ਨਹੀਂ ਦੇ ਰਹੇ? ਦੇਖੋ ਇੱਕ ਵਾਰੀ ਖੁੱਲ੍ਹੀ ਹੈ ਸਾਰੀ ਵਾ, ਦੂਸਰੀ ਵਾਰੀ ਕਾਹਦੇ ਵਾਸਤੇ? ਬਿਲਕੁਲ, ਤੁਸੀਂ ਦੇਖ ਲਓ ਤਸਵੀਰਾਂ ਵਿੱਚ ਖੱਜਲ ਖੁਆਰੀਆਂ ਹੋ ਰਹੀਆਂ ਸਵਾਰੀਆਂ, ਕਿਤੇ ਕਿਤੇ ਆਧਾਰ ਕਾਰਡ ਨੂੰ ਲੈ ਕੇ। ਅਤੇ ਉਹਨਾਂ ਦਾ ਕਹਿਣਾ ਵੀ ਸਵਾਰੀਆਂ ਜਿਹੜੀਆਂ ਵਾ ਸਵੇਰ ਦੀਆਂ ਜਿਹੜੀਆਂ ਕਿ ਉਡੀਕ ਰਹੀਆਂ ਨੇ ਬੱਸਾਂ ਨੂੰ, ਪਰ ਬੱਸਾਂ ਦੇ ਜਿਹੜੀਆਂ ਜਿਹੜੀ ਰੋਡਵੇਜ਼ ਦੀ ਕਮੀ ਲੱਗਦੀ ਆ, ਕਿਉਂਕਿ ਉਹਨਾਂ ਦਾ ਕਹਿਣਾ ਵੀ ਬਹੁਤ ਘੱਟ ਜਿਹੜੀਆਂ ਸਵਾਰੀਆਂ ਨੂੰ ਬਿਠਾ ਰਹੇ ਨੇ ਅਤੇ ਲੋਕ ਖੱਜਲ ਖੁਆਰ ਵੀ ਹੋ ਰਹੇ ਨੇ। ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਜੋ ਦਾ ਜਿਹੜਾ ਕਿ ਨਿਯਮ ਲਾਗੂ ਕੀਤਾ ਵਾ ਵੀ 52 ਤੋਂ ਵੱਧ ਜਿਹੜੀਆਂ ਸਵਾਰੀਆਂ ਨਹੀਂ ਬਿਠਾਉਣੀਆਂ, ਉਸ ਨੂੰ ਲੈ ਕੇ ਵੀ ਕਿਤੇ ਕਿਤੇ ਜਿਹੜਾ ਨਾਰਾਜ਼ਗੀ ਜਿਹੜੀ ਕਿ ਨਜ਼ਰ ਆ ਰਹੀ ਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ, ਇਹ ਹਾਲਾਤ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ। ਕੰਡਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸਵਾਰੀਆਂ ਨੂੰ? ਬਹੁਤ ਜ਼ਿਆਦਾ ਜੀ, ਕੀ ਕਰੀਏ ਹੁਣ ਇੱਥੇ ਆਪਾਂ? ਇੱਥੇ ਕੰਡਕਟਰ ਤਾਂ ਕੁਝ ਕਰ ਨਹੀਂ ਸਕਦਾ, ਅਫਸਰ ਹੀ ਕਰ ਸਕਦੇ ਆ, ਕੰਡਕਟਰ ਕੋਈ ਕਹਿ ਹੀ ਨਹੀਂ ਸਕਦਾ, ਕਿਉਂ ਲੋਕ ਪੈਂਦੇ ਗਲ, ਅਤੇ ਜੇ ਆਪਾਂ ਕਹਾਂਗੇ ਤਾਂ ਇਹਦਾ ਲੜਾਈ ਦਾ ਘਰ ਹੋਣਾ, ਆਪਾਂ ਬੋਲ ਨਹੀਂ ਸਕਦੇ। ਉਹ ਕਹਿੰਦੇ ਵੀ 52 ਤੋਂ ਵੱਧ ਬਿਠਾਉਣੀਆਂ ਨਹੀਂ, ਕਿੰਨਾ ਕਿ ਇਸ ਚੀਜ਼ ਦਾ ਲੈ ਕੇ ਜਿਹੜਾ ਫੈਸਲਾ ਲਿਆ, ਸਹੀ ਫੈਸਲਾ ਲਿਆ? ਇਹ ਤਾਂ ਸਰ ਸਰਕਾਰ ਹੀ ਕਰ ਸਕਦੀ ਆ, ਕੋਈ ਕਹਿ ਨਹੀਂ ਸਕਦੇ ਆਪਾਂ, ਕਿਉਂਕਿ ਆਪਾਂ ਤਾਂ ਵਰਕਰ ਹਾਂ ਸਰਕਾਰ ਦੇ, ਇਹਦੇ ਸਰਕਾਰ ਹੀ ਕਰ ਸਕਦੇ, ਚਾਹੇ ਤਾਂ ਸਭ ਕੁਝ ਹੋ ਸਕਦਾ, 52 ਵੀ ਹੋ ਸਕਦਾ। ਜਿਹੜਾ ਫੈਸਲਾ ਲਿਆ ਵਾ ਸਹੀ ਫੈਸਲਾ ਲਿਆ ਸਰ, ਕੰਡਕਟਰ ਵਾਸਤੇ ਤਾਂ ਸਹੀ ਆ, ਕੋਈ ਕੰਡਕਟਰ ਦਾ ਨੁਕਸਾਨ ਬੜਾ ਹੁੰਦਾ, ਕੋਈ ਸਵਾਰੀ ਰਹਿ ਜੇ ਕੋਈ, ਫਿਰ ਕੰਡਕਟਰ ਕੋਈ ਸੁਣਦਾ ਨਹੀਂ, ਹਾਂ ਕੰਡਕਟਰ ਦੀ ਕੋਈ ਸੁਣਦਾ ਨਹੀਂ ਫਿਰ, ਕਿਉਂਕਿ ਇਹਦੇ ਸਰਕਾਰ ਆ, ਹੁਣ ਜੋ ਫੈਸਲਾ ਲਏਗੀ ਉਹ ਸਹੀ ਹੋਏਗਾ। ਲੱਗਦਾ ਕਿ ਸਵਾਰੀਆਂ ਕਿਤੇ ਜ਼ਿਆਦਾ ਖੱਜਲ ਖੁਆਰ ਬਹੁਤ ਹੋ ਰਹੀਆਂ ਸਵਾਰੀਆਂ, ਕਹਿੰਦੇ ਸਵੇਰ ਦੀਆਂ ਉਡੀਕਾਂ ਕਰ ਰਹੇ ਆ, ਬੱਸਾਂ ਨਹੀਂ ਖਿਲਾਰਦੇ ਜਾਂ ਇੱਥੇ ਬਿਠਾਉਂਦੇ ਨਹੀਂ ਸਾਨੂੰ? ਸਰ ਉਹ ਤਾਂ ਇਹ ਆ ਵੀ ਜੇ ਬੱਸਾਂ ਹੋਰ ਪੈ ਜਾਣ, ਸਟਾਫ ਹੋਰ ਹੋ ਜੇ, ਤਾਂ ਕੋਈ ਗਲਤ ਨਹੀਂ, ਐਡੀ ਵੱਡੀ ਜਿੱਥਾਂ ਹੁਣ ਇੱਕ ਬੱਸ ਜਾਣ ਦੀ ਆ, ਇਹ ਬੱਸ ਦੀ ਜਗ੍ਹਾ 'ਤੇ ਦੋ ਬੱਸਾਂ ਚੱਲ ਜਾਣ ਤਾਂ ਕੋਈ ਐਡੀ ਵੱਡੀ ਗਲਤ ਨਹੀਂ ਹੈਗੀ।
ਕੋਈ ਸਵਾਰੀ ਬੱਸਾਂ ਜੋ ਹੋਰ ਪੈ ਜਾਂਦੇ ਮਸਾ ਹੱਲ ਹੋ ਸਕਦਾ ਹੈ, ਇੱਕ ਬੱਸ ਹੀ ਵੱਜੇ ਨਾ ਤੇ ਮੰਨ ਲਓ 52 ਸਵਾਰੀਆਂ ਵੱਜ ਜਾਂਦੀਆਂ, ਜੇ ਵਿੱਚ 10 ਸਵਾਰੀਆਂ ਖਲੋਤੀਆਂ ਹੋਣਗੀਆਂ ਉਹ ਦੂਜੀ ਬੱਸ ਦੇ 40 ਹੋਰ ਬਹਿ ਸਕਦੀਆਂ, 40 ਦੀਆਂ 45 ਹੋਰ ਬਹਿ ਸਕਦੀਆਂ, ਬੱਸਾਂ ਵੱਧ ਹੋ ਜਾਣ ਤਾਂ ਕੋਈ ਗੱਲ ਹੀ ਨਹੀਂ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਦੇਖਿਆ ਵੀ ਕਨੈਕਟਰ ਸਾਹਿਬ ਦਾ ਕਹਿਣਾ ਵੀ ਬੱਸਾਂ ਕੇ ਵੱਜਣ ਅਤੇ ਫਿਰ ਜਿਹੜੀ ਇਹ ਕਮੀ ਜਿਹੜੀ ਹੈ ਇਹ ਪੂਰੀ ਹੋ ਸਕਦੀ ਆ, ਅਤੇ ਸਰਕਾਰ ਦਾ ਜਿਵੇਂ ਕਹਿਣਾ ਵੀ 52 ਇੱਕ ਬੱਸ ਵਿੱਚ 52 ਸੀਟਾਂ ਹੁੰਦੀਆਂ ਅਤੇ 52 ਹੀ ਸਵਾਰੀਆਂ ਬਿਠਾਉਣੀਆਂ, ਉਸ ਤੋਂ ਵੱਧ ਸਵਾਰੀ ਨਹੀਂ ਬਿਠਾਉਣੀ, ਇਸ ਕਰਕੇ ਕਿਤੇ ਕਿਤੇ ਜਿਹੜਾ ਸਰਕਾਰ ਦਾ ਰੂਲ ਆ ਇਹ ਵੀ ਜਿਹੜਾ ਕਿ ਬਹੁਤ ਵਧੀਆ ਵਾ, ਪਰ ਆਮ ਜਨਤਾ ਨੂੰ ਕਿਤੇ ਕਿਤੇ ਪਰੇਸ਼ਾਨੀ ਆ ਰਹੀ ਹੈ ਚੀਜ਼ ਨੂੰ ਲੈ ਕੇ, ਉਹਨਾਂ ਦਾ ਕਹਿਣਾ ਵੀ ਬੱਸਾਂ ਅਸੀਂ ਸਵੇਰ ਦੀਆਂ ਉਡੀਕ ਰਹੇ ਹਾਂ, ਕਿਤੇ ਨਾ ਕਿਤੇ ਜਿਹੜੀ ਬੱਸਾਂ ਵਾ ਉਹ ਨਹੀਂ ਜਿਹੜੀਆਂ ਆ ਰਹੀਆਂ। ਮਾਤਾ ਜੀ ਫਿਰ ਨਹੀਂ ਬਿਠਾਇਆ? ਨਹੀਂ। ਕੀ ਕਹਿੰਦੇ ਆ? ਤੀਸਰੀ ਵੀ ਗਈ। ਤੀਸਰੀ ਵੀ ਗਈ ਮਾਤਾ ਜੀ, ਪ੍ਰਾਈਵੇਟ ਚੱਲ ਜਾਓ, ਇਸ ਰਾਤ ਪੈ ਨਹੀਂ ਆ। ਭਗਵੰਤ ਮਾਨ ਨੂੰ ਇਹ ਅਪੀਲ ਕਰਦੇ ਹਾਂ ਵੀ ਇਹ ਖਾਤਾ ਬੰਦ ਕਰ ਦਿਓ, ਕੋਈ ਫਾਇਦਾ ਨਹੀਂ ਗਾ ਇਹਦਾ, ਬੀਬੀਆਂ ਦੇ ਖਾਤੇ 'ਚ ਪੈਸੇ ਪਾ ਦਿਆ ਕਰੋ ਅਤੇ ਬੀਬੀਆਂ ਆਰਾਮ ਨਾਲ ਘਰ ਬਹਿ ਜਾਣ। 1000 ਰੁਪਏ ਕਹਿੰਦੇ ਪਾਤਾ ਵਾ? ਨਹੀਂ ਕੋਈ ਆਇਆ ਨਹੀਂ ਗਾ, ਚਲੋ ਥੋੜ੍ਹਾ ਬਹੁਤਾ ਗੇਤਾ ਪਿਛੇਤਾ ਤਾਂ ਹੋ ਹੀ ਜਾਂਦਾ ਨਾ। ਹੋਰ ਸਵਾਰੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ ਬਿਠਾਇਆ ਹੁਣ ਇੱਦਾਂ ਭਾਤੀਆਂ ਵਾ, ਬਾਕੀ ਫਿਰ ਕਹਿੰਦੇ ਬਾਕੀ ਥੱਲੇ ਆ ਜਾਣਗੇ, ਜਿਹੜੇ 52 ਬੈਠੇ ਰਹਿਣਗੇ ਉਹ ਬੈਠੇ ਰਹਿਣਗੇ। 52 ਹੋ ਗਿਆ? ਹਾਂਜੀ ਹਾਂਜੀ। ਜਿਹੜੀਆਂ ਖੜੇ ਨੇ ਉਹ ਵਾਪਸ ਖਿਲਾ ਦੇਣਗੇ? ਸਗੋਂ ਪੂਰੀਆਂ ਪੂਰੀਆਂ ਟਿਕਟਾਂ ਕੱਟਣ ਡਿਆ, ਉਹ ਹੱਥਾਂ 'ਤੇ ਮਾਰੀ ਜਾਂਦੇ ਆ ਆਧਾਰ ਕਾਰਡ ਹੀ, ਉਹ ਤਾਂ ਕਿੰਨੀਆਂ ਤਿੱਖੀਆਂ ਹੋਵੇਗਾ ਆਧਾਰ ਕਾਰਡ ਕਾੜੀਆਂ। ਕਰਤੀਆਂ ਜੀ ਹਾਂਜੀ, ਸਭ ਲੋਕਲ ਵਿੱਚ ਆ ਵਿੱਚ ਬਿਲਕੁਲ, ਤੁਸੀਂ ਦੇਖ ਸਕਦੇ ਹੋ ਉਹਨਾਂ ਕਹਿਣਾ ਵੀ ਸਿਰਫ 52 ਸੀਟਾਂ ਸਵਾਰੀਆਂ ਨੇ, ਬਾਕੀਆਂ ਜਿਹੜੇ ਕਿ ਬਾਹਰ ਕਰ ਦਿੱਤਾ ਗਿਆ, ਅਤੇ ਕਿਤੇ ਕਿਤੇ ਕਨੈਕਟਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਚੀਜ਼ ਨੂੰ ਲੈ ਕੇ, ਜਿਹੜੀ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਰੋਡਵੇਜ਼ ਦੀਆਂ ਤਸਵੀਰਾਂ ਵਿਖਾ ਰਹੇ ਨੇ। ਹਾਂਜੀ ਹਾਂਜੀ, ਸਾਡੀ ਵੀ ਸੁਣ ਲਓ, ਆਮ ਸਵਾਰੀ ਕਿਉਂ ਨਹੀਂ ਚੜਾਉਂਦੇ? ਦੇਖੋ ਬੱਸ ਜੰਡਾਲੇ 'ਤੇ ਜਾਣਾ ਹੁੰਦਾ, ਕਈ ਚੜਾ ਲੈਂਦੇ, ਕਈ ਕੰਡਕਟਰ ਚੰਗੇ ਹੈਗੇ, ਕਈ ਦੇਖੋ ਨਹੀਂ ਚੜਨ ਦਿੰਦੇ। ਹਾਂ, ਕਾਰਨ ਕੀ ਹੈ ਕਿਉਂ ਨਹੀਂ ਚੜਨ ਦਿੰਦੇ? ਇਹ ਇਹਨਾਂ ਦੀ ਮਰਜ਼ੀ ਹੈ, ਇਹ ਇਹਨਾਂ ਦੀ ਮਰਜ਼ੀ ਹੈ, ਅਸੀਂ ਦੇਖਦੇ ਇਹਨਾਂ ਦੀ ਮਰਜ਼ੀ ਹੈ। ਕਈ ਵਿਚਾਰੇ ਚੰਗੇ ਤੋਂ ਚੰਗਾ ਕਹਾਂਗੇ ਨਾ, ਕਿਉਂ ਚੜਾ ਦਿੰਦੇ ਆ? ਕਹਿੰਦੇ ਨਹੀਂ ਜਾਣ ਲੱਗੇ, ਅਸੀਂ ਕਿਹਾ ਜਾਣ ਲੱਗੇ ਚੜਾ ਲਓ, ਕੋਈ ਗੱਲ ਨਹੀਂ, ਤੁਸੀਂ ਸਵਾਰੀ ਪੂਰੀ ਕਰੋ, ਚੜਾ ਲਓ ਚੱਲ। ਨਹੀਂ ਨਹੀਂ, ਹੁਣ ਥੋੜ੍ਹੇ ਦਿਨ ਤੋਂ ਕਰਦੇ ਪਏ ਆ। ਹਾਂ, ਤੇ ਤੁਸੀਂ ਸਰਕਾਰ ਨੂੰ ਸੋਚਣੀ ਚਾਹੀਦੀ ਹੈ, ਅਗਰ ਲੇਡੀਜ਼ ਤੋਂ ਸੁਵਿਧਾ ਕੀਤੀ ਹੈ ਤਾਂ ਫਿਰ ਤਾਂ ਹੀ ਕਰਕੇ ਅਸੀਂ ਕਰਦੇ ਪਏ ਨਾ ਬੱਸ 'ਚ ਜਾਣ ਵਾਸਤੇ, ਨਹੀਂ ਤਾਂ ਅੱਗੇ ਜਦੋਂ ਸੁਵਿਧਾ ਨਹੀਂ ਕੀਤੀ ਸੀ ਤਦੋਂ ਜਾਂਦੇ ਹੀ ਸੀ ਨਾ ਅਸੀਂ। ਹਾਂਜੀ, ਤੇ ਇਹਨਾਂ ਦਾ ਮਸਲਾ ਤਾਂ ਇਹ ਕਿ ਸਾਨੂੰ ਜਾਣ ਦਿਆ ਕਰ, ਜਦੋਂ ਤੱਕ ਸੁਵਿਧਾ ਹੈਗੀ ਸਾਨੂੰ ਲੇਡੀਜ਼ ਤੋਂ ਜਾਣ ਦਿਆ ਕਰਨ ਨਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਕਿਤੇ ਕਿਤੇ ਸਵਾਰੀਆਂ ਦੇ ਨਾਲ ਜਿਹੜੀ ਕਿ ਪਰੇਸ਼ਾਨੀ ਆ ਰਹੀ, ਉੱਥੇ ਕਨੈਕਟਰ ਦਾ ਵੀ ਕਹਿਣਾ ਵੀ ਜਿਹੜੀਆਂ ਸਵਾਰੀਆਂ ਨਾਲ ਗੱਲਬਾਤ ਕੀਤੀ ਆ ਜਾਂ ਸਵਾਰੀਆਂ ਨਾਲ ਸਵਾਰੀਆਂ ਜਿਹੜੀਆਂ ਫ੍ਰੀ ਵਾਲੀਆਂ ਨੇ ਉਹ ਜ਼ਿਆਦਾ ਹੋਣ ਕਰਕੇ ਜਿਹੜੀ ਮੁਸ਼ਕਲ ਆ ਰਹੀ ਹੈ, ਅਤੇ ਉਹਨਾਂ ਦਾ ਕਹਿਣਾ ਵੀ ਸਰਕਾਰ ਨੂੰ ਚਾਹੀਦਾ ਕਿ ਬੱਸਾਂ ਜਿਹੜੀਆਂ ਵੱਧ ਤੋਂ ਵੱਧ ਪਾਈਆਂ ਜਾਣ ਤਾਂ ਜੋ ਕਿ ਜਿਹੜਾ ਮਸਲਾ ਵਾ ਇਹ ਹੱਲ ਹੋ ਸਕੇ। ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੀਆਂ ਸਵਾਰੀਆਂ ਖੱਜਾ ਖਵਾਰ ਹੋਈਆਂ ਕਦੋਂ ਤੱਕ ਜਿਹੜਾ ਮਸਲਾ ਜਿਹੜਾ ਹੱਲ ਹੁੰਦਾ ਵਾ, ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।